ਸਤਿ ਸ੍ਰੀ ਅਕਾਲ ਜੀ। ਜਿਵੇਂ ਨਾ ਅੱਜ ਕੱਲ ਆਪਣੇ ਬੈੱਡ ਚੱਲਦੇ ਆ, ਹੁਣ ਜਿਹੜੀ ਅੱਗੇ ਆਪਣੇ ਬੈੱਡਾਂ ਦੀ ਹਾਈਟ ਆਉਂਦੀ ਦੋ ਫੁੱਟ ਦੇ ਕਰੀਬ ਹੋ ਜਾਂਦੀ ਸੀ, ਹਨਾ। ਤੇ ਹੁਣ ਪੁਰਾਣੇ ਬੈੱਡ ਦੇ ਇਹਨਾਂ ਨੂੰ ਇਹਦੇ ਪੈਰ ਵੱਢੇ ਗਏ। ਪੈਰ ਵੱਢਣ ਤੋਂ ਬਾਅਦ ਜਿਹੜੀ ਇਹ ਬੈੱਡਾਂ ਦੀ ਹਾਈਟ ਹੈ ਇਹਨਾਂ ਦੀ 17 ਇੰਚ ਰਹੇਗੀ, ਮਤਲਬ 1.5 ਫੁੱਟ ਮੰਨ ਕੇ ਚੱਲੋ ਤੁਸੀਂ। ਜਿਹੜੇ ਅੱਜ ਕੱਲ ਬੈੱਡ ਆਉਂਦੇ ਆ ਉਹ 1.5 ਫੁੱਟ ਦੇ ਆਉਂਦੇ ਆ, ਹਨਾ। ਕਈ ਤਾਂ ਇਸ ਤੋਂ ਵੀ ਥੱਲੇ ਲੈਂਦੇ ਆ, ਉਹਨਾਂ ਲੱਗ ਗਈ ਹੈ ਇਹ ਜਾਣੀ ਕਿ ਵੀ ਨਾਰਮਲ ਹੋ ਗਿਆ, ਹਨਾ, ਵੀ ਐਡੇ ਬੈੱਡ ਆਉਂਦੇ ਆ। ਉਹਦੇ ਵਾਸਤੇ ਜਿਹੜੇ ਆਹ ਬੋੜਾ ਦੀ ਹਾਈਟ ਹੈ, ਤਾਂ ਇਹ ਬੋੜਾ ਦੀ ਜਿਹੜੀ ਹਾਈਟ ਹੈ ਹੁਣ ਇਹ 22 ਇੰਚ ਹੈ ਜਿਹੜੀ ਆਪਾਂ ਰੱਖਣੀ ਆ। ਜਿਹੜੀ ਕਹਿਣ ਦਾ ਭਾਵ ਹੈ ਜਿਹੜੀ ਥੱਲੇ ਵਾਲੀ ਕਿਨਾਰੀ ਆ ਵੀ 2 ਫੁੱਟ ਤੇ ਰੱਖਣੀ ਚਾਹੀਦੀ ਆ। ਜਦ ਬੈੱਡ ਆਪਾਂ ਘਰਾਂ ਆਪਾਂ ਤਿਆਰ ਕਰਨ ਲੱਗ ਜਾਂਦੇ ਹਾਂ ਤਾਂ ਜਿਹੜੀ ਸ਼ੀਟ ਆ ਉਹ ਬੈੱਡ ਦੀ ਢੋਅ ਦੇ ਵਿੱਚ ਕੱਟੀ ਜਾਂਦੀ ਆ। ਤਾਂ ਬੈੱਡ ਜਿਹੜਾ ਮਤਲਬ ਮੰਨ ਲਾ ਬਕਸਾ ਮਾੜਾ ਮੋਟਾ ਉੱਚਾ ਨੀਵਾਂ ਵੀ ਹੋ ਜਾਂਦਾ ਹੈ, ਜੇ ਉਲਟਾ ਮੰਨ ਲਾ 2.5 ਫੁੱਟ ਦੇ ਵੀ ਆ, ਹਨਾ, ਬਕਸਾ, ਤਾਂ ਇਹਦੇ ਵਿੱਚ ਦਿੱਕਤ ਵਾਲੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਸ਼ੀਟ ਕਟਿੰਗ ਹੁੰਦੀ ਹੈ ਪਿੱਛੇ ਤੇ ਖਾਲੀ ਹੁੰਦਾ, ਜਿਵੇਂ ਆਹ ਪਿੱਛੇ ਤੇ ਖਾਲੀ ਹੁੰਦਾ ਸਿਸਟਮ, ਹਨਾ, ਤਾਂ ਇਹਦੇ ਹਿਸਾਬ ਨਾਲ ਆਉਂਦਾ। ਇਹਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ, ਜਿਵੇਂ ਆਪਾਂ ਤਾਂ ਕਹਿੰਦਾ ਤਾਰਾਂ ਵੱਡੀਆਂ ਛੱਡਣ ਨੂੰ ਕਹਿੰਦੇ ਹਾਂ, ਮੈਂ ਤਾਂ ਹੀ ਕਹਿੰਦਾ ਵੀ ਤਾਰਾਂ ਵੱਡੀਆਂ ਛੱਡਿਆ ਕਰੋ। ਹੁਣ ਜੇ ਦੇਖੋ ਇਹਦੇ ਵਿੱਚ ਤਾਰਾਂ ਵੱਡੀਆਂ ਛੱਡੀਆਂ ਵੀ, ਜੇ ਇਹਦੇ ਵਿੱਚ ਗੁੰਜਾਇਸ਼ ਦੀ ਹੋਣਾ, ਹੁਣ ਜਿਵੇਂ ਉਤਲੇ ਬੋਰਡ ਜੇ ਪਹਿਲਾਂ ਲੱਗੇ ਨਹੀਂ ਸੀ ਬਕਸੇ, ਹਨਾ, ਤਾਂ ਇਹ ਪਿੱਛੇ ਮਿਸਤਰੀ ਨੇ 2.5 ਫੁੱਟ ਤਾਰ ਛੜਾਈ ਆ, ਲੱਕੜ ਵਾਲੇ ਵੀਰ ਨੇ ਉਹਨੇ ਇਸ ਤਰ੍ਹਾਂ ਤਰੀਕੇ ਨਾਲ ਤਾਂ ਛੜਾਈ ਆ ਵੀ ਕੱਲ ਨੂੰ ਜੇ ਬੈੱਡ ਦੀ ਪਿੱਛੇ ਸਫਾਈ ਕਰਨੀ ਆ ਕਾਫੀ ਦੇਰ ਬਾਅਦ, ਹਨਾ, ਜਾਂ ਕੋਈ ਰੰਗ ਕਰਾ ਸਫਾਈ ਕਰਨੀ ਆ, ਤਾਂ ਵਾਰ ਵਾਰ ਸ਼ੀਟ ਖੋਲਣ ਦੀ ਦਿੱਕਤ ਨਾ ਪਵੇ ਵੀ ਆਪਣੇ ਆਪ ਇਹਨੂੰ ਖਿੱਚਦੇ ਫਲੈਕਸੀਬਲ ਪਾ ਕੇ ਪਿੱਛੇ ਛੱਡਤੀ। ਕਿਉਂਕਿ ਚੂਹਾ ਚਾਹਾ ਵੜਨੇ ਵਾਲਾ ਕੰਮ ਤਾਂ ਹੈ ਨਹੀਂ ਹੋਣਾ, ਨਾ ਦਰਵਾਜ਼ਿਆਂ ਥੱਲੇ ਕੋਈ ਜੰਬਿਆਂ ਤੋਂ ਜਮਾਂ ਹੀ ਘੱਟ ਹੁੰਦੀ ਆ, ਜਾਲੀਆਂ ਦਰਵਾਜ਼ੇ ਲੱਗੇ ਹੁੰਦੇ ਆ, ਤਾਂ ਇੱਧਰ ਰੱਖਣੀ। ਜਿਹੜਾ ਇਹਦਾ ਗੈਪ ਹੈ ਬਿਲਕੁਲ ਜਿਹੜਾ ਸਹੀ ਆ, ਮਤਲਬ ਕਈ ਵਾਰ ਕੀ ਹੁੰਦਾ, ਜਿਹੜਾ ਆਪਾਂ ਮੁੱਲ ਦੇ ਬੈੱਡ ਲੈਂਦੇ ਆ 1 ਫੁੱਟ ਦੀ ਸਾਈਡ ਤੇ ਢੋਅ ਹੁੰਦੀ ਆ, ਨਾ, ਤਾਂ ਉਹ ਆਪਣਾ ਜਿੱਦਾਂ ਦੇ ਬੈੱਡ ਲਊਗਾ ਕਈ ਵਾਰ ਆਪਾਂ ਉਹਦੇ ਹਿਸਾਬ ਨਾਲ ਰੱਖਣ ਲੱਗ ਜਾਂਦੇ ਆ, ਹਨਾ, ਵੀ ਇੰਨਾ ਉਹਦੇ ਵਿੱਚ ਬਰੀਕੀ 'ਚ ਜਾਣ ਦੀ ਕੋਈ ਲੋੜ ਨਹੀਂ। ਜੇ ਅਗਲੇ ਨੇ ਬੈੱਡ ਲੈਣੇ ਆ ਤਾਂ ਉਹ ਆਪਣੇ ਬੋੜਾਂ ਦੇ ਹਿਸਾਬ ਨਾਲ ਲਊਗਾ ਆਪਣੇ ਆਪੇ, ਹਨਾ, ਦੇਖ ਕੇ। ਤਾਂ ਇਹਦੇ ਵਿੱਚ ਜਿਹੜਾ ਗੈਪ ਹੈ ਮੇਰੇ ਹਿਸਾਬ ਨਾਲ ਬਿਲਕੁਲ 7 ਫੁੱਟ ਬਿਲਕੁਲ ਓਕੇ, 7 ਫੁੱਟ 2 ਇੰਚ ਕਰ ਲਓ, 3 ਇੰਚ ਕਰ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਜੇ 2-3 ਇੰਚ ਕਰ ਲੈਂਦੇ ਆ ਤਾਂ ਜਿਵੇਂ ਹੁਣ ਲਾਉਣਾ 5 ਇੰਚ ਜਗ੍ਹਾ ਹੋਵੇ, ਜੇ 1 ਫੁੱਟ ਦੀ ਢੋਅ ਵੀ ਆ ਜਾਂਦੀ ਹੈ ਤਾਂ 1 ਬੈੱਡ ਜਿਵੇਂ ਬਕਸਿਆਂ ਦੇ ਜਿਵੇਂ ਕਿਨਾਰੇ ਤੇ ਸਹੀ ਆ ਜਾਂਦਾ, ਜਿਹੜੀ ਮਤਲਬ 7 ਫੁੱਟ ਕਰ ਸਕਦੇ ਆ ਜਾਂ 7 ਫੁੱਟ 2-3 ਇੰਚ ਤੁਸੀਂ ਕਰ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਕਿਉਂਕਿ ਜਿਹੜੀ ਸ਼ੀਟ ਬੈੱਡ ਦੀ ਢੋਅ ਦੇ ਵਿੱਚ ਕੱਟੀ ਗਈ ਆ ਤਾਂ ਉਹਦੇ ਵਿੱਚ ਉਹ ਪਿੱਛੇ ਆ ਜਾਣੀ ਹੁੰਦੀ ਆ, ਜਾਂ ਜਿਹੜੀ ਤਾਰ ਲੰਬੀ ਹੋਊਗੀ, ਜੇ ਤੁਹਾਡੀ ਫੁੱਟ 1.5 ਫੁੱਟ ਘੱਟੋ ਘੱਟ 1.5 ਫੁੱਟ ਦੀ ਤਾਰ ਨੂੰ ਚਾਹੀਦੀ ਆ, ਜੇ ਤੁਹਾਡੇ ਬਕਸੇ 'ਚ ਜਗ੍ਹਾ ਕਿ 1.5 ਫੁੱਟ ਘੱਟੋ ਘੱਟ ਤਾਰ ਰਹਿਣੀ ਚਾਹੀਦੀ ਆ, ਉਹਦੇ ਵਿੱਚ ਕੀ ਹੁੰਦਾ ਹੈ ਫਿਰ ਤੁਸੀਂ ਆ ਬੈੱਡਾਂ ਦੀ ਅਡਜਸਟਮੈਂਟ ਹੈ ਜਿਹੜੀ ਸ਼ੀਟ ਬੈੱਡ ਗਾਹਾਂ ਆਉਣ ਨੂੰ ਵੀ ਦਿੱਕਤ ਆ ਜਾਂਦੀ ਆ, ਜੇ ਸਫਾਈ ਸਫੂਈ ਕਰਨੀ ਆ ਫੁੱਟ ਖੰਡ ਬੈੱਡ ਗਾਹਾਂ ਨੂੰ ਆ ਜਾਂਦਾ, ਤਾਂ ਪਿੱਛੇ ਤੁਸੀਂ ਸਫਾਈ ਆਰਾਮ ਨਾਲ ਕਰ ਸਕਦੇ ਜੇ ਕਿਤੇ ਕਾਫੀ ਟਾਈਮ ਬਾਅਦ ਕੀ ਹੁੰਦਾ ਪਿੱਛੇ ਗਰਦ ਗੁਰਦ ਪਈ ਜਾਂਦੀ ਹੁੰਦੀ ਆ, ਤਾਂ ਸਫਾਈ ਕਰਨਾ, ਕੋਈ ਰੰਗ ਰੁੰਗ ਕਰਨਾ, ਕੁਛ ਵੀ ਕਰਨਾ, ਤਾਂ ਅੱਗੇ ਨੂੰ ਸਾਰਾ ਬੈੱਡ ਇਹ ਕਰੀਸ ਹੋ ਜਾਂਦਾ ਹੈ। ਹੁਣ ਆ ਦੇਖੋ ਆ ਲਾਈਟਾਂ ਦੇ ਪੁਆਇੰਟ ਵੀ ਜ਼ਿਆਦਾ ਅੱਜ ਕੱਲ੍ਹ ਵੱਧ ਜਾਂਦੇ ਆ, ਨਾ, ਇੱਥੇ ਲਾਈਟਾਂ ਹੋ ਗਈਆਂ ਸਿਸਟਮ, ਹਨਾ, ਉੱਧਰ ਜਿਵੇਂ ਲਾਈਟ ਹੋ ਜਾਂਦੀ ਆ, ਤਾਂ ਜਿਹੜੇ ਹੁਣ 10 ਦਿਨ ਦੇ ਬਕਸੇ ਆ ਤਾਂ 10 ਦਿਨ ਦਾ ਬਕਸਾ ਜਿਹੜਾ ਬਿਲਕੁਲ ਪੂਰਾ ਭਰ ਜਾਂਦਾ ਹੈ, ਉੱਧਰ ਵੀ ਪੂਰਾ ਭਰਿਆ ਹੋਇਆ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਦਰਵਾਜ਼ੇ ਦੇ ਫਰੰਟ ਤੇ ਬੋਰਡ ਹੁੰਦਾ ਉਹ ਆਪੇ ਆਪਾਂ ਜਿਵੇਂ 3 ਦਿਨ ਦਾ ਰੱਖ ਦਿੰਦੇ ਆ, ਕੋਈ 5 ਦਿਨ ਦਾ ਰੱਖ ਦਿੰਦਾ ਇੱਕ ਅਲੱਗ ਲੱਗਣ ਨਾਲ, ਹਨਾ, ਉਹ ਬੋਰਡ ਆਪਾਂ 8 ਦਿਨ ਦਾ ਕਰ ਦਿੰਦੇ ਆ। ਹੁਣ ਉਹਦੇ ਵਿੱਚ ਕੀ ਹੁੰਦਾ, ਜੇ ਕੱਲ ਨੂੰ ਅਗਲੇ ਡਾਊਨ ਸਿਲਿੰਗ ਮਾੜਾ ਮੋਟਾ ਕੁਝ ਕਰਾਉਣਾ ਹੈ ਤਾਂ ਉਹਦੇ ਵਿੱਚ ਸੁੱਚਾਂ ਦੀ ਅਡਜਸਟਮੈਂਟ ਉੱਧਰ ਹੋ ਜਾਂਦੀ ਆ, ਆਪਾਂ ਨੂੰ ਬੋਰਡ ਵਾਰ ਵਾਰ ਪੱਟਣ ਦੀ ਲੋੜ ਨਹੀਂ ਪੈਂਦੀ ਹੈਗੀ, ਠੀਕ ਹੈ ਨਾ। ਇੱਦਾਂ ਹੋ ਜਾਂਦਾ, ਕਈ ਵੀਰ ਕੀ ਕਰਦੇ ਜਿਵੇਂ ਜਿੱਥੇ ਏਸੀ ਲੱਗਿਆ ਉਹ ਸਿੱਧਾ ਥੱਲੇ ਬੋਰਡ ਉਤਾਰ ਦਿੰਦੇ ਆ, ਉਹ ਬੜਾ ਕਰ ਲੈਂਦੇ ਆ, ਹਨਾ, ਉਹਦੇ ਨਾਲ ਕੀ ਹੁੰਦਾ ਫਿਰ ਬੋਰਡ ਬੈੱਡ ਕਮਰੇ ਦੇ ਵਿੱਚ ਇੱਕ ਬੋਰਡ ਹੋਰ ਵੱਧ ਜਾਂਦਾ, ਕਿਉਂਕਿ ਜਿਹੜਾ ਦਰਵਾਜ਼ੇ ਕੋਲ ਵੜਦੀ ਸਾਰ ਰੱਖਣਾ ਉਹ 3 ਦਿਨ ਦਾ ਆਪਾਂ ਨੂੰ ਰੱਖਣਾ ਹੀ ਪੈਣਾ, ਕਿਉਂਕਿ ਉਹਦਾ ਕਿਸੇ ਵੀ ਹਾਲਤ 'ਚ ਰੱਖਣਾ ਹੀ ਪੈਣਾ। ਇਸ ਕਰਕੇ ਉਸ ਬੋਰਡ ਨੂੰ ਜੇ ਤੁਸੀਂ ਘੱਟ 'ਚ ਸਾਰਨਾ, ਹਨਾ, ਵੀ ਤਾਰ ਘੱਟ ਪਵੇ ਤਾਂ ਉਸ ਬੋਰਡ ਨੂੰ ਇਹ ਤੁਸੀਂ ਬੜਾ ਕਰ ਸਕਦੇ ਆ, ਤਾਂ ਇੱਦਾਂ ਕਰ ਲਵੇ। ਇੱਦਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਓ, ਸਾਡੇ ਯੂਟਿਊਬ ਚੈਨਲ ਨੂੰ ਫੋਲੋ ਕਰ ਲਓ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ।